ਰੀਲ ਬਣਾਈ ਫਿਰ ਸ਼ੁਕਰ ਕਿਵੇਂ ਬਣਿਆ ਮੁੰਡੇ ਏ ਮੁੰਡੇ ਕਿੱਥੋਂ ਫਸ ਕੇ ਆਏ ਹਾਏ ਗਿਆ ਸਤਿ ਸ਼੍ਰੀ ਅਕਾਲ ਸਰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਸਵਾਗਤ ਹੈ ਸਾਡੇ ਵਲੋਗ ਦੇ ਨਾਲ ਕਿਵੇਂ ਤੁਸੀਂ ਸਾਰੇ ਸੁਬਾ ਸੁਬਾ ਦੁੱਧ ਦਿਖਾ ਲਾ ਆਪਦਾ ਫੇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਨਿਊ ਈਅਰ ਮੇਰੇ ਵੱਲੋਂ ਸਾਰਿਆਂ ਨੂੰ ਕਿਵੇਂ ਮੰਮਾ ਉਹ ਬਣੀ ਬੈਠੀ ਹੈ ਕੀ ਕਹਿੰਦੇ ਹੁੰਦੇ ਆ ਸਾੜੀ ਸੂੜੀ ਪਾ ਕੇ ਫਿਰ ਤਿਆਰ ਹੋ ਪਾਈ ਸੂਟ ਪਾਇਆ ਮੈਂ ਸਾੜੀ ਪਾ ਲਿਓ ਹਨਾ ਕਿਉਂਕਿ ਫਿਰ ਬਿੰਦੀ ਸੋਹਣੀ ਲੱਗਦੀ ਹੈ ਤੇਰੇ ਪਾਪਾ ਨੂੰ ਸਾੜੀ ਪਸੰਦ ਨਹੀਂ ਉਹ ਕਹਿੰਦਾ ਹੋਰ ਜੋ ਮਰਜ਼ੀ ਪਾ ਬਟ ਸਾੜੀ ਨਹੀਂ ਪਸੰਦ ਫਿਰ ਕੀ ਹੋ ਗਿਆ ਸਾੜੀ ਅਸੀਂ ਬੱਚਿਆਂ ਨੇ ਕਿਹਾ ਤਾਂ ਸਾਡੀ ਗੱਲ ਤਾਂ ਸੁਣੀ ਸਕਦੇ ਤੁਸੀਂ ਨਹੀਂ ਜਦੋਂ ਮੇਰੇ ਪਤੀ ਦੇਵ ਨੇ ਮੈਨੂੰ ਪਸੰਦ ਦਿੱਤਾ ਮੈਂ ਸਾੜੀ ਨਹੀਂ ਲਾਉਂਗੀ ਕੀ ਕਦੇ ਨਹੀਂ ਲਾਉਂਗੀ ਸਾਨੂੰ ਬਸ ਕਹਿਤਾ ਮੇਰੇ ਹਸਬੰਡ ਨੇ ਚਲ ਤੂੰ ਲਾ 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 ਕੇ ਦੇਖ ਲੈ ਫਿਰ ਮੈਂ ਲਾ ਲੂੰਗੀ ਅੱਛਾ ਅੱਛਾ ਸਾਡੀ ਗੱਲ ਨਹੀਂ ਸੁਣਦੇ ਤੁਸੀਂ ਨੋ ਲਾ ਲਾ ਤਾਂ ਫਿਰ ਮੈਂ ਤੁਹਾਨੂੰ ਲਾ ਕੇ ਦਿਖਾ ਦੂੰਗੀ ਤੇ ਸਾਰਿਆਂ ਨੂੰ ਹੈਪੀ ਨਵਰਾਤਰੀ ਅੱਜ ਤੁਹਾਨੂੰ ਅਸੀਂ ਮੰਦਿਰ ਚ ਆਇਆ ਏ ਅਸੀਂ ਫੋਨ ਲਿਜਾਣਾ ਭੁੱਲ ਗਏ ਸੀ ਫੋਨ ਸਾਡਾ ਰਹਿ ਗਿਆ ਘਰੇ ਤੇ ਹੁਣ ਅਸੀਂ ਮੰਦਿਰ ਤੋਂ ਆਏ ਆ ਤੇ ਬੱਚੇ ਕਹਿੰਦੇ ਚੋਕੋਸ ਖਾਣੇ ਆ ਅਸੀਂ ਬਣਾ ਰਹੇ ਆ ਚੋਕੋਸ ਜਿਹਨੇ ਜਿਹਨੇ ਖਾਣੇ ਆ ਜਾਓ ਤੇ ਬਾਕੀ ਕੰਮ ਕੰਟੀਨਿਊ ਕਰੋ ਗੱਲ ਸੁਣੋ ਕਰਵਾ ਚੌਥ ਤੇ ਤੁਸੀਂ ਸਾੜੀ ਬਣ ਲਿਓ ਪਿਆਸ ਲੱਗੀ ਆਵੇ ਮੰਮਾ ਮੇਰੇ ਮਹਿੰਦੀ ਲਵਾਇਓ ਹੱਥਾਂ ਤੇ ਮੈਂ ਵੀ ਜਾਊਂਗੀ ਨਾ ਤੁਹਾਡੇ ਨਾਲ ਮੰਦਿਰ ਜੂਸ ਫ੍ਰਿਜ ਚ ਰੱਖ ਲੋ ਰੱਖਿਆ ਮੈਂ ਪੀਣਾ ਹੁੰਦਾ ਤੁਹਾਨੂੰ ਪਤਾ ਨਾ ਦੇਖਾ ਮੈਂ ਰੱਖਿਆ ਹੋਇਆ ਕਿਉਂ ਐਪਲ ਜੂਸ ਹੈ ਮੰਮਾ ਸਭ ਸਾਈਡਾਂ ਉਹ ਤਾਂ ਸਾਰੀ ਐਪਲ ਆ ਉਹ ਇੱਕ ਬੋਟਲ ਜਿਹੜੀ ਫ੍ਰਿਜ 'ਚ ਪਈ ਆ ਉਹ ਕੱਲੀ ਜੀਰੇ ਵਾਲੀ ਆ ਅੰਮਾ ਫਿਰ ਉਹ ਮੇਰੇ ਵਾਸਤੇ ਜੀਰੇ ਵਾਲਾ ਕਿਉਂ ਰੱਖਿਆ ਛੀ ਮੰਮਾ ਚੱਲ ਬਸ ਐਪਲ ਜੂਸ ਰੱਖੋ ਮੇਰੇ ਵਾਸਤੇ ਬਹਿ ਕੇ ਖਾ ਲਾ ਬਹਿ ਕੇ ਲੋ ਗਾਈਸ ਆਪਾਂ ਬੈਡਸ਼ੀਟ ਬਦਲਤੀ ਨੋਨਾ ਮੋਨਾ ਰੂਮ ਬਣਾਤਾ ਇਹ ਹੁਣ ਚੌਕਸ ਖਾਣ ਲੱਗਿਆ ਮੇਰੇ ਨਾਲ ਕੌਣ ਜਾਊਗਾ ਗੱਡੀ 'ਚ ਸਮਾਨ ਕੱਢਣ ਕਦੋਂ ਜਾਊਗਾ ਚੌਕਸ ਖਾ ਕੇ ਇੰਨੇ ਟਾਈਮ 'ਚ ਤਾਂ ਮੈਂ ਟਕਾ ਦੂੰਗੀ ਫਿਰ ਤੁਸੀਂ ਤਾਂ ਅੰਬਾਸਾ ਖਾਓਗੇ ਟੀ ਵੀ ਦੇਖਦੇ ਦੇਖਦੇ ਦੇਖੋ ਗਾਈਸ ਮੈਨੇ ਕੱਪੜੇ ਚੇਂਜ ਕਰ ਲਏ
ਕਿਉਂ ਚੇਂਜ ਕੀਤੀ ਆ? ਕਿਉਂਕਿ ਗਰਮੀ 'ਚ ਖੜ੍ਹਨਾ ਬਹੁਤ ਮੁਸ਼ਕਿਲ ਹੈ ਰਸੋਈ 'ਚ। ਉਹ ਪੂਰੀਆਂ ਬਾਹਾਂ ਪਾ ਕੇ, ਇੱਕ ਸਾਡਾ ਰਸੋਈ ਦਾ ਹੋ ਗਿਆ ਪੱਖਾ ਖਰਾਬ, ਤਾਂ ਕਰਕੇ ਕਿੱਥੇ ਆ, ਕੋਈ ਨਾ ਕੋਈ ਆਇਆ ਹੀ ਰਹਿੰਦਾ ਘਾਹ ਤੋਂ, ਤਾਂ ਕਰਕੇ ਫਿਰ ਮੈਂ ਟੋਪ ਪਾ ਲਿਆ। ਕੰਮ ਕੁੰਮ ਕਰਕੇ ਫਿਰ ਮੈਂ ਕਿਹਾ ਰੈਡੀ ਸ਼ੈਡੀ ਹੋ ਜਾਵਾਂਗੇ, ਸਮਾਨ ਕੱਢ ਕੇ ਲਿਆਉਂਦੇ ਹਾਂ। ਕੱਲ੍ਹ ਸੌਦਾ ਲੈ ਕੇ ਆਏ ਸੀਗੇ ਨਾ, ਅਤੇ ਉਹ ਗੱਡੀ 'ਚ ਹੀ ਸੀਗਾ, ਰਾਤੀ ਲੇਟ ਹੋ ਗਏ ਸੀਗੇ, ਤਾਂ ਕਰਕੇ ਫਿਰ ਕੱਢਿਆ ਨਹੀਂ ਸੀ। ਹੁਣ ਕੱਢਦੇ ਹਾਂ, ਟਕਾਉਂਦੇ ਹਾਂ ਖਲਾਰਾ ਪਿੰਕੀ ਦੇ ਆਉਣ ਤੋਂ ਪਹਿਲਾਂ। ਆਹ ਦੇਖੋ, ਮੈਂ ਕੁਛ ਖਰਾਬ ਹੋਣ ਵਾਲਾ ਤਾਂ ਵੈਸੇ ਹੈ ਨਹੀਂ ਸੀਗਾ, ਬਾਕੀ ਕੁਛ ਕਹਿ ਨਹੀਂ ਸਕਦੇ। ਲਓ ਜੀ, ਸਮਾਨ ਕੱਢ ਲਿਆਂਦਾ, ਟਕਾਉਂਦੇ ਹਾਂ ਖਲਾਰਾ, ਫਿਰ ਤੁਹਾਨੂੰ ਮਿਲਦੇ ਹਾਂ। ਚਿਕ ਚਕ ਚਕ ਕਲੀਨ ਕਰਕੇ ਸੈਲਫ ਸਾਰੀ। ਹੈਲੋ, ਯੈਸ, ਵਟ ਆਰ ਯੂ ਡੂਇੰਗ? ਵਟ ਇਜ਼ ਦਿਸ ਮੰਮੀ? ਵਟ ਇਜ਼ ਦਿਸ? ਰਾਈਸ ਖਾਏਂਗੇ। ਗਾਈਸ, ਆਪਾਂ ਫਰੋਜ਼ਨ ਵਾਲੀਆਂ ਵੈਜੀਟੇਬਲਸ ਲੈ ਕੇ ਆਏ ਸੀਗੇ, ਫਰੋਜ਼ਨ ਵਾਲੀਆਂ ਇਹ ਵਾਲੀਆਂ ਸੀ। ਇਹਨੇ ਕੱਢ ਕੇ ਪਾਣੀ, ਗੋਭੀ ਕੇ ਹੋ ਜੀ ਹੈ, ਇਦਾਂ ਹੀ ਹੁੰਦੇ ਆ। ਆਪਾਂ ਰਾਈਸ ਬਣਾ ਕੇ ਪਾਇਆ, ਹੱਥ ਲੱਗ ਦੇਖ। ਗਾਈਸ, ਆਪਾਂ ਤੁਹਾਨੂੰ ਇਹ ਵਾਲੇ ਵੈਜੀਟੇਬਲਸ ਵਾਲੇ ਰਾਈਸ ਬਣਾ ਕੇ ਦਿਖਾਉਂਦੇ ਆ। ਸੌਦਾ ਆਪਾਂ ਸਾਂਭ ਲਿਆ, ਕੜਾਈ ਆਪਾਂ ਧਰਤੀ, ਤੇਰਾ ਵਟ ਇਜ਼ ਦਿਸ ਨਹੀਂ ਲੋਟ ਆਉਂਦਾ। ਰਾਮਾ, ਮਾਰ ਨਹੀਂ ਸਕਦੇ ਮੇਰੇ? ਕਿਉਂ? ਪਾਪ ਚੜੂਗਾ। ਕਿਉਂ ਚੜੂਗਾ ਪਾਪ? ਕਿਉਂ? ਨਵਰਾਤਰੇ ਆ, ਸਿੱਕ ਕਾਨ ਕੀ ਕਹਿੰਦੇ ਹੁੰਦੇ ਆ? ਦੱਸ ਦੱਸ, ਲੌਂਕੜੀਆਂ ਲੱਗਦੀ, ਲੌਂਕੜੀਆਂ ਦੀ ਲੌਂਕੜੇ ਹੁੰਦੇ ਆ, ਪਤਾ ਨਹੀਂ ਮੁੰਡੇ ਉਹਨਾਂ ਨੂੰ ਕਹਿੰਦੇ ਆ। ਥੱਪੜ ਵੀ ਮਾਰਿਆ, ਥੱਪੜ ਨਹੀਂ ਥੱਪੜ, ਬਸ ਬਸ ਬਸ, ਕੇਸ ਕਰੂੰਗੀ ਹੁਣ ਮੈਂ, ਕਰੋ ਕੇਸ, ਮੈਂ ਪੁਲਿਸ ਵਾਲਿਆਂ ਨੂੰ ਕਹਿ ਦੂੰ। ਮਾਰੇ ਮੰਮਾ ਨੇ ਥੱਪੜ, ਜਨਾਬ ਜੀ ਬਚਾਓ, ਮੈਂ ਕੇਸ ਕਰੂੰਗੀ ਇਹਦੇ ਤੇ ਕੁੜੀ ਤੇ। ਅੱਛਾ, ਆਪਦੀ ਦੀਦੀ ਕੇਸ ਕਰੋਗੇ? ਹਾਂ, ਲੈ ਮੇਰੀ ਧੀ ਨੇ ਮੇਰੇ ਥੱਪੜ ਮਾਰਿਆ, ਮੰਮਾ ਛੱਡੋਗੇ? ਹੂੰ ਛੱਡੋਗੇ। ਗਾਈ, ਤੁਸੀਂ ਸਾਰੇ ਗਵਾਹ ਹੋ ਇਸ ਗੱਲ ਦੇ, ਇਹਨੇ ਮੇਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ, ਮੈਂ ਕਰੂੰਗੀ ਗੁੰਨੂ ਤੇ ਕੇਸ। ਠੀਕ ਹੈ, ਕਰ ਦਿਓ, ਮੈਂ ਪੁਲਿਸ ਵਾਲਿਆਂ ਨੂੰ ਕਹਿ ਦੂੰਗੀ। ਕੀ ਕਹਿ ਦੇਂਗੀ? ਮੈਂ ਵੀ ਕੀਤਾ ਸੀਗਾ, ਮੈਂ ਵੀ ਕੀਤਾ ਸੀਗਾ, ਜ਼ੋਰ ਦੀ ਮਾਰਿਆ ਗਈ। ਹਾਂ, ਸਾਰੇ ਮੈਂ ਵੀ ਕੀਤਾ ਸੀ, ਮੈਂ ਇਹਨੂੰ ਸੱਦ ਲੂੰਗੀ। ਅੱਛਾ, ਮਰ ਗਿਆ, ਵਾਓ, ਕਲਰ ਫੁੱਲ ਚਾਵਲ ਬਣਾ ਲਿਆ, ਕਲਰ ਫੁੱਲ ਚਾਵਲ, ਕਲਰ ਫੁੱਲ ਸੀ ਵੈਸੇ ਲੈ ਕੇ ਨਹੀਂ ਆਉਂਦੇ ਗੇ। ਗੁਨੂੰ ਨੂੰ ਕਿਹਾ ਵੀਡੀਓ ਬਣਾਉਣਾ, ਗੁਨੂੰ ਕਹਿੰਦੀ ਪਹਿਲਾਂ ਇਹਦੀ ਆਵਾਜ਼ ਘੱਟ ਕਰੋ, ਇੱਦਾਂ ਹੀ ਇਹ ਜਿਹੜੀ ਚੀਜ਼ ਦੀ ਕਰਦੀ ਹੈ, ਇਹ ਤਾਂ ਹੁਣ ਕਰੂਗੀ ਜਦੋਂ ਗੈਸ ਚੱਲੀ ਜਾਂਦਾ। ਇੰਨਾ ਗਰਮ ਗਈ, ਵੈਸੇ ਅਸੀਂ ਬਣਾਉਣ ਲੈ ਕੇ ਨਹੀਂ ਆਉਂਦੇ ਕਦੇ ਵੀ, ਫਿਰ ਉਹਨੂੰ ਫਸਟ ਟਾਈਮ ਲੈ ਕੇ ਆਏ, ਘਰੇ ਉਦੋਂ ਲੈ ਕੇ ਆਏ ਸੀ ਜਦੋਂ ਨੇਹਾ ਆਈ ਸੀਗੀ, ਨੇਹਾ ਨੇ ਬਿਰਿਆਨੀ ਬਣਾ ਕੇ ਖਵਾਈ ਸੀ। ਹਾਂ, ਅਤੇ ਕਿਉਂਕਿ ਮੇਰੇ ਪਤੀ ਦੇਵ ਜੀ ਮਟਰ ਖਾਂਦੇ ਨੀਗੇ, ਤਾਂ ਮੈਂ ਆਪਦੇ ਪਤੀ ਦੇਵ ਜੀ ਨੂੰ ਮਨਾਇਆ ਸੀਗਾ ਕਿ ਆਪਾਂ ਖਾਵਾਂਗੇ ਇੱਕ ਵਾਰੀ ਚਾਵਲ, ਖਾਣ ਨੂੰ ਮੇਰਾ ਜੀ ਕਰਦਾ ਸੀ, ਤਾਂ ਸਹੀ ਤਾਂ ਮੇਰਾ ਪਤੀ ਮੰਨ ਜਾਂਦਾ, ਇਸ ਕਰਕੇ ਆਪਾਂ ਬਣਾਉਂਦੇ ਹਾਂ ਅਤੇ ਫਿਰ ਉਹਨਾਂ ਨੂੰ ਖਵਾਉਂਦੇ ਹਾਂ। ਤੁਸੀਂ ਵੀ ਖਾ ਲਓ। ਅੱਜ ਲੋਕ ਆਈ, ਆਪਣੇ ਚਾਵਲ ਬਣ ਕੇ ਰੈਡੀ ਹੋ ਗਿਆ, ਉਹਨਾਂ ਨੂੰ ਬਹੁਤ ਟੇਸਟੀ ਲੱਗੇ। ਸੈਭੂ ਨੂੰ ਕੀ ਹੋ ਗਿਆ? ਦੋਨੋਂ ਨੇ ਦਹੀਂ ਪਾ ਕੇ ਸਿੱਧਾ ਬਹਿਣਾ, ਉਹਨੇ ਜਲਦੀ ਜਲਦੀ ਜਲਦੀ, ਰਿੰਕੀ ਆਂਟੀ ਆ ਗਈ।
ਮੇਰੇ ਜਨਾਬ ਜੀ ਸੈਬੂ ਅੱਜ ਫਸਟ ਆ ਗਿਆ, ਜਲਦੀ ਸੈਬੂ ਮੈਨੂੰ ਵੀ ਖਵਾ ਦਿੰਦੇ। ਮੈਂ ਆਪਦੇ ਨਾਲ ਖਾਵਾਂ, ਉਹਦਾ ਪਾਪਾ ਹੈ ਨਹੀਂ ਸੀਗੇ ਤਾਂ ਕਰਕੇ ਮੈਂ ਸੈਬੂ ਨੂੰ ਖਵਾ ਤੇ। ਸੈਬੂ ਆ ਗਿਆ ਫਸਟ, ਦਹੀਂ ਪਾ ਕੇ ਖਾਧੇ ਸੈਬੂ ਨੇ, ਬਹੁਤ ਟੇਸਟੀ ਲੱਗੇ। ਸੈਬੂ ਟੇਸਟੀ ਸੀ ਨਾ ਹੈ? ਐ ਪਿਆ ਨਹੀਂ ਜਾਂਦਾ ਗਾ ਸਹੀ। ਸੜ ਨਹੀਂ ਸਕਦਾ, ਸੁੱਤੇ ਬੈਠਾ ਗਾ। ਮੈਂ ਕਹਿ ਕੇ ਗਈ ਸੀ ਵੀ ਬ੍ਰੈਡ ਚੱਕ ਲਈ, ਕੀ ਬਣੀ ਚੱਕੀ? ਦੇਖ ਲਓ ਹਾਲ, ਦੇਖ ਲਓ ਇਹਨਾਂ ਦੇ ਹੱਥ ਨਾਲ ਚੱਕ ਲੈਂਦੇ। ਹੱਥ ਸੜ ਨਹੀਂ ਜਾਊਗਾ, ਤੁਸੀਂ ਕਹੋਗੇ ਫਿਰ ਕੰਮ ਕਰਨਾ, ਹੱਥ ਸੜ ਕੇ ਬਹਿ ਗਈ। ਫਿਰ ਭਾਈ ਲੈ ਜਾਓ ਤਾਂ ਬ੍ਰੈਡ, ਹੁਣ ਟਿਊਸ਼ਨ ਦਾ ਟਾਈਮ ਹੋ ਗਿਆ ਭੱਜ। ਸੈਬੂ ਨੇ ਇੱਥੇ ਬਹਿ ਕੇ ਖਾ ਲਏ ਬ੍ਰੈਡ ਮੇਰੇ ਕੋਲੇ, ਤੇ ਉਹ ਦੇਖੋ ਬਾਬਾ ਜੀ। ਬਾਬਾ ਜੀ ਹੋਰ ਬ੍ਰੈਡ ਲੈਣੇ? ਐਂ ਚੌਕੜਾ ਮਾਰਿਆ, ਠੰਡਾ ਦੁੱਧ ਪੀਣਾ ਗਾਈਸ? ਆਪਾਂ ਟੋਕਰੀ ਨਾ ਤੋੜਦੀ ਮੇਰੀ। ਸੈਬੂ ਡਿੱਗਿਆ ਸਲਫ ਤੋਂ ਥੱਲੇ, ਸੈਬੂ ਡਿੱਗਿਆ ਟੋਕਰੀ ਚ ਗਾਈਸ। ਅੱਜ ਆਪਾਂ ਦੁੱਧ ਬਣਾਉਂਦੇ ਹਾਂ ਚੋਕਲੇਟ ਫਲੇਵਰ ਵਾਲਾ ਮਿਲਕ ਸ਼ੇਕ। ਗੈਸ ਚਲੋ ਦੁੱਧ ਆਪਾਂ ਨੇ ਪਾ ਲਿਆ ਠੰਡਾ, ਪਾਊਡਰ ਪਾਉਂਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ। ਇਹ ਵਾਲਾ ਸ਼ੇਕ ਬਣਾਉਣਾ ਮੋਟੇ ਪੀਂਗਾ? ਬਣ ਗਿਆ ਗੈਸ ਸ਼ੇਕ ਆਪਣਾ। ਤੇਰੇ ਸਾਹਮਣੇ ਤੇਰੀ ਚੀਜ਼ ਪੀਸ, ਪਹਿਲੇ ਹਮਕੋ ਕੌਣ ਪੁੱਛੇਗਾ? ਪਹਿਲੇ ਪਤੀ ਦੇਵ ਕੋ ਪੁੱਛਣਾ ਜ਼ਰੂਰੀ ਹੈ, ਮੇਰੇ ਪਤੀ ਦੇਵ ਕੋ, ਜਿਨਕੋ ਪੀਣਾ ਨਹੀਂ ਹੋਤਾ ਕੁਛ, ਕੁਛ ਕਰਨਾ ਨਹੀਂ ਹੋਤਾ ਹੈ ਨਾ ਵੀ ਸੈਬੂ। ਚਲੋ ਪੀ ਕੇ ਦੱਸੋ ਕਿੱਦਾਂ ਦਾ ਮੋਟੇ? ਤੰਗੇ ਤੰਗੇ ਹੋ ਜੂਗੀ। ਬਾਬਾ ਜੀ ਲੈ ਲਓ, ਬਾਬਾ ਜੀ ਚੌਂਕੜੇ ਵਾਲੇ, ਬਾਬਾ ਜੀ ਹੱਥ 'ਚ ਫੜਾਓ ਕਹਿੰਦੇ, ਲੈ ਚੌਂਕੜੇ ਵਾਲੇ ਬਾਬਾ ਜੀ ਕਹਿੰਦੇ ਹੱਥ 'ਚ ਫੜਾਓ ਮਾਤਾ ਰਾਣੀ। ਚਲ ਫੜਾ ਲੈਂਦੇ ਬਾਬਾ ਜੀ, ਬਾਬਾ ਜੀ ਦੂਰ ਲੈ ਗਏ। ਕਿਵੇਂ ਬਣਿਆ ਮੁੰਡੇ? ਏ ਮੁੰਡੇ ਮੇਰਾ ਸ਼ੇਕ ਕਿਹੜਾ ਸੀ? ਸਵਾਦ ਆ ਬਾਬਾ ਜੀ? ਕਿਵੇਂ ਆ ਬਾਬਾ ਜੀ? ਇਹੋ ਜਿਹੀ ਚੀਜ਼ਾਂ ਤਾਂ ਬਾਬਾ ਜੀ ਨੂੰ ਵਾਧੂ ਹੋਣ, ਬੋਰਨ ਬਿਟੇ ਵਾਲੇ ਦੁੱਧ ਤੋਂ ਅੱਕ ਗਿਆ ਹੁਣ ਬਾਬਾ ਸਾਡਾ। ਕਾਫੀ ਹੋਣੀ ਚਾਹੀਦੀ ਹੈ ਇਹ ਚਾਕਲੇਟ ਸ਼ੇਕ ਆ ਬਾਬਾ ਜੀ। ਠੀਕ ਹੈ ਠੀਕ ਹੈ, ਪਰ ਤੂੰ ਤਾਂ ਚਾਕਲੇਟ ਕਿਉਂ ਖਾ ਜਾਂਦਾ ਹੈ? ਅਸੀਂ ਗੁੰਨੂ ਨੂੰ ਲੈਣ ਚੱਲੇ, ਗੁੰਨੂ ਫਿਰ ਕਹੂਗੀ ਲੇਟ ਆਈ। ਲੋ ਗਾਈਸ ਅੱਜ ਆਪਾਂ ਨਵੀਂ ਚੀਜ਼ ਖਰੀਦ ਲਈ, ਘਰੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ, ਹੁਣ ਅਸੀਂ ਦਿਖਾਈ ਨਹੀਂ, ਘਰੇ ਚੱਲ ਕੇ ਦਿਖਾਵਾਂਗੇ। ਵੇਟ ਕਰਿਓ ਤੁਸੀਂ ਸਾਡੀ ਨਿਊ ਚੀਜ਼ ਦੀ, ਸਾਰਿਆਂ ਵਾਸਤੇ ਸਰਪ੍ਰਾਈਜ਼ ਆ, ਨਾ ਜਵਾਕਾਂ ਨੂੰ ਪਤਾ ਨਾ ਘਰਦਿਆਂ ਨੂੰ ਪਤਾ। ਚੱਕਲੀ ਬਸ ਚੱਕਲੀ, ਮਾਤਾ ਰਾਣੀ ਦਾ ਨਾਂ ਲੈ ਕੇ ਅੱਜ ਪਹਿਲੇ ਨਰਾਤੇ 'ਚ ਹੈ। ਹਾਂ ਦੇਖਿਆ ਸੀ, ਫਿਰ ਤੂੰ ਬਹਿ ਕੇ ਕੰਮ ਨਹੀਂ ਕਰਾਇਆ। ਵਧਾਈਆਂ ਤੈਨੂੰ, ਵਧਾਈਆਂ ਤੈਨੂੰ। ਕਿਉਂਕਿ Thank you.
ਕਿੱਦੇ ਦਾ ਇੱਥੇ ਕੰਧ ਸੁੰਨੀ ਹੋਈ ਪਈ ਸੀ, ਜੀ ਨਹੀਂ ਲੱਗਦਾ ਸੀ। ਫਿਰ ਅੱਜ ਫਾਈਨਲੀ ਚੱਕ ਤੇ ਫੱਟੇ, ਤੁਹਾਨੂੰ ਕਿਹਾ ਸੀ ਨਾ ਚੀਜ਼ ਲਿਆਉਂਦੀ ਘਰ ਵਾਸਤੇ, ਦਿਖਾਤੀ ਤੁਹਾਨੂੰ, ਇਹ ਲਿਆਏ ਹਾਂ ਆਪਾਂ ਅੱਜ ਖਰੀਦ ਕੇ, ਬਾਕੀ ਜਦੋਂ ਚੱਲ ਗਈ ਫਿਰ ਤੁਹਾਨੂੰ ਦਿਖਾਉਂਦੇ ਹਾਂ। ਦਾਦੀ ਕਿੱਥੇ ਆ, ਤੈਨੂੰ ਦੱਸ ਕੇ ਨਹੀਂ ਗਏ ਬਾਹਰ? ਪਰਦੇ ਲਾ ਰਿਹਾ, ਪਰਦੇ ਪਾਪੋਰੀ ਲਗਾ ਰਹੀ ਹੈ ਪਰਦੇ। ਉਹ ਦੇਖੋ ਮੇਰਾ ਕਿੱਥੇ ਚੜਿਆ ਫਿਰਦਾ, ਉਹ ਦੇਖੋ ਵੀਰਾ, ਠੀਕ ਹੈ ਜਗਤਾਰ ਵੀਰਾ ਤੇ ਪਾਪਾ ਪਰਦੇ ਲਗਵਾ ਰਹੇ ਨੇ। ਹਜੇ ਅਸੀਂ ਵੀਡੀਓ ਬਣਾਉਣੀ ਹੈ ਗਾਈਸ, ਤੁਹਾਨੂੰ ਦੱਸਿਆ ਸੀ ਨਾ, ਤਾਂ ਹੀ ਮੈਂ ਰੈਡੀ ਹੋਈ ਹਾਂ ਵੀਡੀਓ ਬਣਾਉਣ ਵਾਸਤੇ। ਦੇਖੋ ਉਸ ਬੈਠੇ ਜੈਸ਼ੋ ਦੀਦੀ, ਦੀਦੀ ਕਦੋਂ ਬਣੂਗੀ ਵੀਡੀਓ? ਆਈ ਡੋਂਟ ਨੋ, ਔਰ ਪਤਾ ਨਹੀਂ। ਉਹ ਦੇਖੋ, ਚਲੋ ਪਤਾ ਚੱਲ ਜੂਗਾ। ਅਜੇ ਮੈਂ ਫੋਨ ਕੀਤਾ ਗੁਰੂ ਮੈਡਮ, ਕਹਿੰਦੀ ਟਾਈਮ ਲੱਗੂਗਾ, ਸਾਨੂੰ ਅਜੇ ਆਏ ਨਹੀਂ ਗਏ। ਪਹਿਲਾਂ ਆਏ ਸੀ ਘੋੜੀ ਲੈ ਕੇ ਗਏ ਆ, ਪਰਦੇ ਲਾ ਰਹੇ ਆ। ਮੈਂ ਬਾਹਰ ਆਈ ਸੀ, ਕਹਿੰਦੀ ਨਾ ਕੀ ਬਣਾਇਆ, ਮੈਂ ਕਿਹਾ ਦਾਲ, ਕਹਿੰਦੀ ਨਿੰਬੂ ਪਾ ਕੇ ਰੱਖਿਓ, ਉਹ ਦਾਲ 'ਚ ਨਿੰਬੂ ਵਾਲੇ ਖਾਂਦੀ ਆ। ਮੈਂ ਕਿਹਾ ਚੱਲ ਬਾਹਰ ਦੇਖਦੀ ਹਾਂ, ਯਾਦਵਿੰਦਰ ਦਾਦੀ ਆਊਗੀ ਤਾਂ ਉਹਨਾਂ ਦੇ ਤੋੜ ਕੇ ਲਿਆਉਂਦੀ ਹਾਂ, ਪਰ ਆਂਟੀ ਹੈ ਨਹੀਂ ਬਾਹਰ ਸੈਰ ਕਰਦੇ। ਉਹ ਸੀ ਨਿੰਬੂ ਦਾ ਬੂਟਾ, ਤੋੜਦੇ ਹਾਂ, ਤੋੜ ਕੇ ਲਿਆਉਂਦੇ ਹਾਂ। ਆਂਟੀ ਆਉਂਦੇ ਆ ਤਾਂ ਫਿਰ ਉੱਥੋਂ ਨਿੰਬੂ ਤੋੜਾਂਗੇ ਅੱਜ, ਨਿੰਬੂ ਨਿੰਬੂ ਘਰ ਦੇ ਨਿੰਬੂ ਪਾਉਣਗੇ ਦਾਲ 'ਚ। ਗਾਈਸ ਪਰਦੇ ਲੱਗਣ ਲੱਗ ਗਏ, ਦੇਖੋ ਆਪਣੇ ਨੋਨੇ ਮੋਨੇ ਪਰਦੇ ਲੱਗਣ ਲੱਗ ਗਏ। ਨਾਲ ਸਾਊਂਡ ਚੱਲੀ ਜਾਂਦੀ ਹੈ ਗਾਈਸ, ਚਲੋ ਕੋਈ ਨਹੀਂ, ਵੀਰਾ ਝਾੜੂ ਕੱਢਣ ਲੱਗ ਗਿਆ। ਉਹ ਦੇਖੋ ਵਾਓ, ਸੋ ਬਿਊਟੀਫੁਲ, ਸੋ ਵੈਰੀ ਗੁੱਡ, ਜਸਟ ਲੁਕਿੰਗ ਲਾਈਕ ਅ ਵਾਓ ਵਾਓ ਵਾਓ, ਹੈ ਨਾ ਗਾਈਸ? ਦੇਖੋ ਬਾਬਾ ਘੋੜੀ ਤੇ ਚੜੇ ਬੈਠੇ ਆ। ਦੇਖੋ ਗਾਈਸ ਕਿੰਨਾ ਸੋਹਣਾ ਲੱਗ ਰਿਹਾ, ਜੇ ਅਸੀਂ ਇਸ 'ਤੇ ਵੀਡੀਓ ਬਣਾਇਆ ਤਾਂ, ਸੋ ਬਿਊਟੀਫੁਲ, ਹੈ ਨਾ? ਵਾਓ ਗਾਈਸ, ਦੇਖੋ ਸੋਹਣਾ ਲੱਗ ਰਿਹਾ ਨਾ। ਆਪਣੇ ਕੋਲ ਇਹ ਵਾਲੇ ਕਲਰਸ ਨੇ, ਕਰੀਮ ਕਲਰ ਹੈ, ਬਲੂ ਕਲਰ ਹੈ, ਇੱਕ ਰੈੱਡ ਸੀਗਾ, ਰੈੱਡ ਆਪਣਾ ਯੂਜ ਹੋ ਗਿਆ। ਦੇਖੋ ਹੈ ਨਾ, ਚਲੋ ਜਦੋਂ ਹੁਣ ਦੂਜਾ ਵੀ ਲੱਗ ਗਿਆ ਉਦੋਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਸੰਗਣਾ ਨੀ ਲਓ ਜੀ, ਇੱਕ ਪਰਦੇ ਲਾਤੇ, ਇੱਧਰ ਕੱਲ੍ਹ ਨੂੰ ਲਾਵਾਂਗੇ ਆਪਾਂ, ਟਾਈਮ ਬਹੁਤ ਜ਼ਿਆਦਾ ਹੋ ਗਿਆ, 8 ਵਜੇ ਹੁਣ ਇਹਨਾਂ ਦੀ ਰੀਲ ਬਣਾਉਣੀ ਆ। ਹੁਣ ਕਹਿੰਦੇ ਰੀਲ ਬਣਾਓ, ਟਾਈਮ ਦੇਖ ਲਓ ਕਿੰਨਾ ਹੋ ਗਿਆ। ਲਓ ਜੀ ਟਾਈਮ ਕਿੰਨਾ ਹੋ ਗਿਆ, 8:23 ਹੋ ਗਏ, ਅਤੇ ਹੁਣ ਚੱਲੇ ਆਪਾਂ, ਚਲੋ
ਪਰਦਾ ਆ ਮੈਟ ਅੰਦਰ ਕਰ ਦੇ। ਨਾ ਪੁੱਤ ਚਲੋ ਮੋਟੇ ਮੋਟੇ ਤੇ ਬੱਚੂ ਪਾ ਕੇ ਚਲੋ ਜੀ ਆਜੋ ਕਿੱਥੇ ਰਹਿ ਗਏ ਇਤਨਾ ਟਾਈਮ ਇਤਨਾ ਟਾਈਮ ਦੇਖ ਲਿਓ ਨਹੀਂ ਦੇਖਾਂ ਮੈਂ ਸੋਣਾ ਐਨਾ ਵੀ ਉੱਥੇ ਜਾਣ ਦੀ ਲੋੜ ਹੀ ਨਹੀਂ ਚੱਲਦਾ ਉਹਨਾਂ ਪਿੱਛੇ ਗਿਵ ਮੀ ਆਈ ਕੈਨ ਚੈੱਕ ਗੁੰਨੂ ਦੇ ਦੋ ਮਿੰਟ ਪੁੱਤ ਹੁਣ ਤਾਂ ਆਈਓ ਵੇਖਣ ਤੇਰੀ ਜ਼ਿੰਦਗੀ ਤੇਰੇ ਵਿੱਚ ਛੋਟੀ ਜਿਹੀ ਗੱਲ ਸੁਣੀ ਆ ਸਭ ਤੋਂ ਸੋਹਣਾ ਟਾਈਮ ਕਿਹੜਾ ਹੈ ਆਵਾਜ਼ ਬੰਦ ਕਰ ਦੇ ਦੇਖ ਲਿਆ ਸੋਹਣਾ ਯੈਸ ਸੋ ਬਿਊਟੀਫੁਲ ਅਸੀਂ ਪਰਦੇ ਵੀ ਲਾਇਆ ਗਾਇਸ ਇੰਨਾ ਲੇਟ ਹੋ ਗਏ ਪਰਦੇ ਲਾਉਂਦੇ ਸੀਗੇ ਰੀਲ ਬਣਾਈ ਫਿਰ ਬਣਾ ਲਈ ਚਲ ਸ਼ੁਕਰ ਇਹਦੇ ਟਾਈਮ ਵਿੱਚ ਰੀਲ ਬਣ ਚੁੱਕੀ ਤੂੰ ਨਹੀਂ ਪਾਈ ਹੈ ਤੂੰ ਨਹੀਂ ਪਾਈ ਮੈਂ ਤੂੰ ਵਾਹ ਕਿਤਾ ਗਲੀ ਚ ਕੌਣ ਸੀਗਾ ਕੋਈ ਵੀ ਨਹੀਂ ਤੁਹਾਨੂੰ ਨਾ ਕੌਣ ਗੱਲਾਂ ਮਾਰਦਾ ਸੀ ਅੰਕਲ ਸੀਗਾ ਯਾ ਨਿੰਬੂ ਪਾਉਣਾ ਤਾਂ ਦਾਲ ਚ ਯਾਦਵਿੰਦਰ ਆਂਟੀ ਕੇ ਤੋੜ ਕੇ ਲਈ ਇਹ ਗੇਂ ਜਾ ਦੇਖ ਕੇ ਦਾਲ 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 ਆ ਜਾ ਦੇਖ ਕੇ ਆਈਏ ਦੇਖਦੇ ਆ ਪਹਿਲਾਂ ਉਹ ਕਿਵੇਂ ਆ ਹੋ ਗਈ ਸਰ ਆਂਟੀ ਹੈ ਨਹੀਂ ਬਾਹਰ ਹੈ ਕਿਵੇਂ ਜਾ ਤੋੜ ਕੇ ਲਿਆ ਲੰਘ ਕੇ ਆ ਲੈ ਜਾ ਇਹਦਾ ਚਾਨਣ ਆਊਗਾ ਵਲੌਗ ਵੀ ਬਣੇਗਾ ਬਸ ਦੋ ਵੀ ਆਈ ਯੈਲੋ ਜਾਂ ਦੇਖੀ ਰੁਕ ਜਾ ਰੁਕ ਜਾ ਰੁਕ ਜਾ ਓਏ ਯੈਲੋ ਇਹ ਕੱਚਾ ਹੈ ਨਿੰਬੂ ਕੱਚਾ ਹੈ ਛੱਡ ਤੇਰੀ ਯੈਲੋ ਕਿਹੜਾ ਹੋ ਗਿਆ ਮਮਾ ਕਿੱਧਰ ਆ ਇੰਨੇ ਨਿੰਬੂ ਪਏ ਨੇ ਚਲੋ ਚੱਲੀਏ
ਕਿੱਥੋਂ ਅਸੀਂ ਫਸ ਕੇ ਆਏ ਆ ਦੇਖੋ ਗਾਈਸ ਕਿੱਥੋਂ ਫਸ ਕੇ ਆਏ ਹਾਏ ਗੈਸ ਫਿਰ ਚੋਰੀ ਕਿਵੇਂ ਹੋਊਗੀ ਆ ਦੇਖ ਚਲੋ ਗਾਈਸ ਪਹਿਲਾਂ ਮੈਂ ਰੋਟੀ ਖਾਣੀ ਆ ਫਿਰ ਮੈਂ ਲਓ ਜੀ ਸਾਡੇ ਚੋਰੀ ਕੀਤੇ ਨਿੰਬੂਆਂ ਵਾਲੀ ਦਾਲ ਕਿਵੇਂ ਲੱਗੀ ਕਹਿਣ ਲੱਗੀ ਨਾ ਦਾਲ ਚ ਸੱਚੀ ਨਿੰਬੂ ਪਾ ਕੇ ਟੇਸਟੀ ਲੱਗਦਾ ਨਾਲ ਮਿਰਚ ਦਾ ਅਚਾਰ ਨਾਲ ਚਟਨੀ ਤੁਸੀਂ ਪਾਉਂਦੇ ਨਹੀਂ ਹੁੰਦੇ ਮੈਂ ਤੈਨੂੰ ਕਿੰਨੇ ਰਹਿ ਨਾ ਤੋੜ ਲਿਆ ਕਰ ਬਸ ਹੁਣ ਗਵਾਂਡੀਆਂ ਤੋਂ ਚੋਰੀ ਕਰ ਲਿਆ ਕਰ ਠੀਕ ਹੈ ਚੋਰੀ ਚੋਰੀ ਗਵਾਂਡੀਆਂ ਦੇ ਕੀਤੇ ਅਸੀਂ ਅੱਜ ਨਿੰਬੂ ਚੋਰੀ ਜਾਣ ਵਲੌਗ ਚ ਦੇਖਣਗੇ ਗਵਾਂਡੀ ਵੀ ਮਿਲੇ ਨਹੀਂ ਬਾਹਰ ਸਨ ਅਸੀਂ ਬਾਹਰੋਂ ਬਾਹਰ ਚੋਰੀ ਕਰ ਲਏ ਓਕੇ ਗਾਈਸ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਅੱਜ ਆਪਾਂ ਘਰੇ ਡਿਊਟੀ ਵੀ ਲਿਆਂਦਾ ਸੀ ਟਾਈਮ ਵੱਜ ਗਏ 10 ਵੱਜ ਗਏ ਹੁਣ ਲੱਗੇ ਆਪਾਂ ਸੌਣ ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ ਬਸ ਜ਼ਿਆਦਾ ਕੁਛ ਨਹੀਂ ਕਹਿੰਦਾ ਮੈਂ ਬਾਏ ਬਾਏ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਅਤੇ ਸੋਹਣੇ ਸੋਹਣੇ ਕਮੈਂਟ ਕਰਿਓ ਕਰੋ ਫੁੱਲ ਵਾਚ ਤੁਸੀਂ ਕਰਦੇ ਨਹੀਂ ਤਾਂ ਫਿਰ ਤੁਹਾਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ